ਮਸੀ ਸਤਿ ਸ਼੍ਰੀ ਅਕਾਲ ਮੈਂ ਆਇਨਾ ਸੋਨੀ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ ਟੋਲ ਵੱਧ ਗਿਆ ਹੈ ਤੇ ਹੁਣ ਜਿਹੜਾ ਹੈ ਤੁਹਾਨੂੰ ਆਪਣੀ ਜੇਬ ਢਿੱਲੀ ਕਰਨੀ ਪਏਗੀ ਜੀ ਬਿਲਕੁਲ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਜਿਹੜਾ ਹੈ 1 ਅਪ੍ਰੈਲ 2022 ਤੋਂ ਲੈ ਕੇ 31 ਮਾਰਚ 2023 ਤੱਕ ਟੋਲ ਟੈਕਸ ਦਾ ਜਿਹੜੀ ਅਮਾਊਂਟ ਹੈ ਉਹ ਵਧਾ ਦਿੱਤੀ ਗਈ ਤੇ ਜਿਸ ਕਰਕੇ ਜੋ ਹੈ ਡਰਾਈਵਰਸ ਨੂੰ ਤੇ ਹੁਣ ਜਿਹੜਾ ਹੈ ਤੁਹਾਨੂੰ ਜੋ ਹੈ ਵੱਧ ਅਮਾਊਂਟ ਪੇ ਕਰਨੀ ਪਏਗੀ ਜੀ ਬਿਲਕੁਲ ਇਸ ਬਾਰੇ ਜੋ ਹੈ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਪੰਜਾਬ ਦੇ ਵਿੱਚੋਂ ਲੰਘਣ ਵਾਲੇ ਵੱਖ ਵੱਖ ਜਿਹੜੇ ਵੀ ਨੈਸ਼ਨਲ ਹਾਈਵੇਜ਼ ਨੇ ਉੱਥੇ 11 ਟੋਲ ਪਲਾਜ਼ਾ ਤੇ ਜਿਹੜਾ ਹੈ ਹੁਣ ਨਵੀਂ ਅਮਾਊਂਟ ਜੋ ਹੈ ਐਜ਼ ਅ ਟੈਕਸ ਪੇ ਕਰਨੀ ਪਵੇਗੀ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹਾਂ ਜੇਕਰ ਆਪਾਂ ਗੱਲ ਕਰਦੇ ਹਾਂ ਲੁਧਿਆਣਾ ਦੀ ਤਾਂ ਲੁਧਿਆਣਾ ਵਿੱਚ ਸਾਊਥ ਸਿਟੀ ਲਾਡੋਵਾਲ ਬਾਈਪਾਸ ਟੋਲ ਪਲਾਜ਼ਾ ਤੋਂ ਇਲਾਵਾ ਵੀ ਲੁਧਿਆਣਾ ਜਗਰਾਓ ਰੋਡ ਤੇ ਚੌਕੀਮਾਲਾ ਜਿਹੜਾ ਟੋਲ ਪਲਾਜ਼ਾ ਹੈ ਉਹਦੇ 'ਤੇ ਵੀ ਜਿਹੜਾ ਹੈ ਅਮਾਊਂਟ ਵਧਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰਦੇ ਹਾਂ ਬਠਿੰਡਾ ਚੰਡੀਗੜ੍ਹ ਰੋਡ 'ਤੇ 5 ਬਠਿੰਡਾ ਅੰਮ੍ਰਿਤਸਰ ਰੋਡ 'ਤੇ ਜਿਹੜਾ ਹੈ 3 ਅਤੇ ਬਠਿੰਡਾ ਮਲੋਟ ਰੋਡ 'ਤੇ ਜਿਹੜਾ ਹੈ 1 ਟੋਲ ਟੈਕਸ ਦਾ ਜਿਹੜਾ ਹੈ ਭੁਗਤਾਨ ਦੇਣਾ ਪਵੇਗਾ ਜੀ ਬਿਲਕੁਲ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਲੁਧਿਆਣਾ ਦੇ ਪ੍ਰੋਜੈਕਟ ਡਾਇਰੈਕਟਰ ਕੇ.ਐਲ. ਸਚਦੇਵਾ ਨੇ ਦੱਸਿਆ ਕਿ ਟੈਕਸ ਦੀਆਂ ਨਵੀਆਂ ਜਿਹੜੀਆਂ ਨੋਟੀਫਿਕੇਸ਼ਨਸ ਹੈ ਨਵੀਆਂ ਅਮਾਊਂਟਸ ਹੈ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਅਤੇ 1 ਅਪ੍ਰੈਲ ਤੋਂ ਜਿਹੜਾ ਹੈ ਇਹ ਲਾਗੂ ਕੀਤਾ ਜਾਵੇਗਾ ਅਤੇ ਨਾਲ ਹੀ ਨਾਲ ਜਿਹੜਾ ਹੈ ਹਰ ਇੱਕ ਵਹੀਕਲ 'ਤੇ ਫਾਸਟੈਗ ਹੋਣਾ ਜ਼ਰੂਰੀ ਹੋਵੇਗਾ ਅਤੇ ਹੁਣ ਜਿਹੜਾ ਹੈ ਆਪਾਂ ਤੁਹਾਨੂੰ ਨਵੇਂ ਰੇਟਸ ਦੇ ਬਾਰੇ ਦੱਸਦੇ ਹਾਂ ਕਿ ਕਿਹੜੇ ਕਿਹੜੇ ਅਮਾਊਂਟ ਵਿੱਚ ਕਿਹੜੇ ਕਿਹੜੇ ਪਲਾਜ਼ਾ ਵਿੱਚ ਕਿੰਨਾ ਕੁ ਵਾਧਾ ਪਿਆ ਹੈ ਹੁਣ ਜੇ ਆਪਾਂ ਚੌਕੀਮਾਲ ਟੋਲ ਪਲਾਜ਼ਾ ਦੀ ਗੱਲ ਕਰਦੇ ਹਾਂ ਤਾਂ ਕਾਰ ਜੀਪ ਵੈਨ ਅਤੇ ਜਿਹੜੇ ਵੀ ਲਾਈਟ ਮੋਟਰ ਵਹੀਕਲਸ ਨੇ ਉਹਨਾਂ ਦੀ ਜਿਹੜੀ ਪਹਿਲਾਂ ਟਿਕਟ ਹੁੰਦੀ ਸੀ ਉਹ ਹੁੰਦੀ ਸੀ 50 ਰੁਪਏ ਹੁਣ ਵੱਧ ਕੇ ਜਿਹੜੀ ਹੈ 55 ਹੋ ਗਈ ਹੈ ਸਿੰਗਲ ਵਾਲੀ ਜੇ ਆਪਾਂ ਰਿਟਰਨ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਸੀਗੀ 70 ਰੁਪਏ ਅਤੇ ਹੁਣ ਹੋ ਗਈ ਹੈ 80 ਰੁਪਏ ਅਤੇ ਜੇਕਰ ਆਪਾਂ ਗੱਲ ਕਰਦੇ ਹਾਂ ਮੰਥਲੀ ਪਾਸ ਦੀ ਜਿਹੜੇ ਕਈ ਲੋਕ ਨੇ ਜਿਨ੍ਹਾਂ ਦਾ ਰੋਜ਼ ਦਾ ਆਉਣਾ ਜਾਣਾ ਹੁੰਦਾ ਹੈ ਉਹ ਮੰਥਲੀ ਪਾਸ ਵੀ ਲੈਂਦੇ ਨੇ ਅਤੇ ਜੇ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਸੀਗੀ 1605 ਮੰਥਲੀ ਪਾਸ ਸੀਗਾ 1605 ਹੁਣ ਵਧਾ ਕੇ ਜਿਹੜਾ ਹੈ ਉਹ 1770 ਰੁਪਏ ਕਰ ਦਿੱਤਾ ਹੈ ਜੇ ਆਪਾਂ ਹੁਣ ਲਾਈਟ ਕਮਰਸ਼ੀਅਲ ਵਹੀਕਲਸ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਸਿੰਗਲ ਟਿਕਟ ਸੀਗੀ 80 ਰੁਪਏ ਹੁਣ ਵਧਾ ਕੇ ਜਿਹੜੀ ਹੈ 85 ਕਰ ਦਿੱਤੀ ਗਈ ਹੈ ਜਿਹੜੀ ਰਿਟਰਨ ਹੈ ਉਹ ਪਹਿਲਾਂ 115 ਦੀ ਸੀਗੀ ਅਤੇ ਹੁਣ ਵਧਾ ਕੇ ਜਿਹੜੀ ਹੈ 130 ਰੁਪਏ ਕਰ ਦਿੱਤੀ ਗਈ ਹੈ ਅਤੇ ਜੇ ਇਸੀ ਬਾਰੇ ਜੇ ਆਪਾਂ ਮੰਥਲੀ ਪਾਸ ਦੀ ਗੱਲ ਕਰਦੇ ਹਾਂ ਲਾਈਟ ਕਮਰਸ਼ੀਅਲ ਵਹੀਕਲਸ ਦੀ ਤਾਂ ਜਿਹੜੇ ਪਹਿਲਾਂ ਸੀਗੀ ਉਹ ਸੀਗੀ 2595 ਰੁਪਏ ਅਤੇ ਹੁਣ ਜਿਹੜੀ ਹੈ ਵਧਾ ਕੇ 2860 ਰੁਪਏ ਕਰ ਦਿੱਤੀ ਹੈ ਜੇ ਆਪਾਂ ਗੱਲ ਕਰਦੇ ਹਾਂ ਬੱਸ ਟਰੱਕ ਜਾਂ ਫਿਰ 2XL ਜਿਹੜੇ ਵਹੀਕਲਸ ਨੇ ਉਹਨਾਂ ਦੀ ਤਾਂ ਉਹਨਾਂ ਦੀ ਜਿਹੜੀ ਪਹਿਲਾਂ ਸਿੰਗਲ ਟਿਕਟ ਸੀਗੀ ਉਹ ਸੀਗੀ 165 ਰੁਪਏ ਜਿਹੜੀ ਵਧਾ ਕੇ 180 ਰੁਪਏ ਕਰ ਦਿੱਤੀ ਹੈ ਅਤੇ ਰਿਟਰਨ ਜਿਹੜੀ ਸੀ ਉਹ ਪਹਿਲਾਂ ਸੀਗੀ 245 ਜਿਹੜੀ ਵਧਾ ਕੇ 270 ਤੱਕ ਪਹੁੰਚਾ ਦਿੱਤੀ ਗਈ ਹੈ ਅਤੇ ਮੰਥਲੀ ਪਾਸ ਜਿਹੜਾ ਹੈ ਉਹਨਾਂ ਦਾ ਪਹਿਲਾਂ ਸੀਗਾ 2595 ਰੁਪਏ ਜਿਹੜਾ ਹੁਣ ਵਧਾ ਕੇ ਜਿਹੜਾ ਹੈ 2860 ਰੁਪਏ ਦਾ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਜੇ ਆਪਾਂ ਚੌਂਕੀਮਾਲ ਟੋਲ ਪਲਾਜ਼ਾ ਦੇ 3XL ਕਮਰਸ਼ੀਅਲ ਵਹੀਕਲਸ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਪਹਿਲਾਂ ਜਿਹੜੀ ਸਿੰਗਲ ਟਿਕਟ ਸੀ ਉਹ 180 ਦੀ ਸੀਗੀ ਜਿਹੜੀ ਵਧਾ ਕੇ ਜੋ ਹੈ 195 ਰੁਪਏ ਕਰ ਦਿੱਤੀ ਗਈ ਹੈ ਰਿਟਰਨ ਜਿਹੜੀ ਸੀ 265 ਸੀ ਜਿਹੜੀ ਵਧਾ ਕੇ 295 ਕਰ ਦਿੱਤੀ ਹੈ ਅਤੇ ਜੇ ਆਪਾਂ ਮੰਥਲੀ ਪਾਸ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਸੀਗਾ 5930 ਰੁਪਏ ਜਿਹੜਾ ਹੁਣ ਵਧਾ ਕੇ ਜੋ ਹੈ 6535 ਰੁਪਏ ਕਰ ਦਿੱਤਾ ਗਿਆ ਇਸ ਤਰ੍ਹਾਂ ਜੇ ਬਿਲਕੁਲ ਇੰਨਾ ਜਿਹੜਾ ਹੈ ਵਾਧਾ ਕੀਤਾ ਗਿਆ ਹੈ ਇੰਨੀ ਅਮਾਊਂਟ ਜਿਹੜੀ ਹੈ ਵਧਾ ਦਿੱਤੀ ਗਈ ਹੈ ਅਤੇ ਹੁਣ ਜਿੰਨੇ ਵੀ ਲੋਕ ਨੇ ਜਿਨ੍ਹਾਂ ਨੇ ਚੌਂਕੀਮਾਲ ਟੋਲ ਪਲਾਜ਼ਾ ਤੋਂ ਜਿਹੜੇ ਟਰੈਵਲ ਕਰਦੇ ਨੇ ਜਿਨ੍ਹਾਂ ਦਾ ਆਉਣਾ ਜਾਣਾ ਹੈ ਉਹਨਾਂ ਲਈ ਇਹ ਖਬਰ ਸੀਗੀ ਕਿ ਇੰਨਾ ਜਿਹੜਾ ਹੈ ਅਮਾਊਂਟ ਵਿੱਚ ਵਾਧਾ ਕੀਤਾ ਗਿਆ ਹੈ ਹੁਣ ਜੇ ਆਪਾਂ ਗੱਲ ਕਰਦੇ ਹਾਂ ਲੁਧਿਆਣਾ ਸਾਊਥ ਸਿਟੀ ਲਾਡੋਵਾਲ ਟੋਲ ਪਲਾਜ਼ਾ ਦੀ ਉਹਨਾਂ ਦੇ ਜਿਹੜੇ ਨਵੇਂ ਰੇਟਸ ਦੇ ਬਾਰੇ ਜੇ ਆਪਾਂ ਗੱਲ ਕਰਦੇ ਹਾਂ ਕਾਰ ਜੀਪ ਵੈਨ ਅਤੇ ਲਾਈਟ ਮੋਟਰ ਵਹੀਕਲਸ ਜਿਹੜੀ ਉਹਨਾਂ ਦੀ ਪਹਿਲਾਂ ਦੀ ਸਿੰਗਲ ਟਿਕਟ ਸੀ ਜਿਹੜੀ 35 ਰੁਪਏ ਸੀਗੀ ਹੁਣ ਵੀ ਜਿਹੜੀ 35 ਰੁਪਏ ਹੀ ਹੈਗੀ ਹੈ ਪਰ ਜਿਹੜੀ ਪਹਿਲਾਂ ਰਿਟਰਨ ਸੀਗੀ ਉਹ 50 ਰੁਪਏ ਸੀ ਹੁਣ ਜਿਹੜੀ ਹੈ ਉਹ ਵਧਾ ਕੇ 55 ਰੁਪਏ ਕਰ ਦਿੱਤੀ ਹੈ ਅਤੇ ਜਿਹੜਾ ਮੰਥਲੀ ਪਾਸ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਮੰਥਲੀ ਪਾਸ ਸੀਗਾ 1125 ਰੁਪਏ ਦਾ ਹੁਣ ਜਿਹੜਾ ਹੈ 1235 ਰੁਪਏ ਜਿਹੜਾ ਹੈ ਵਧਾ ਕੇ ਕਰ ਦਿੱਤਾ ਹੈ ਜੇ ਆਪਾਂ ਲਾਈਟ ਕਮਰਸ਼ੀਅਲ ਵਹੀਕਲਸ ਦੀ ਗੱਲ ਕਰਦੇ ਹਾਂ ਤਾਂ ਸਿੰਗਲ ਟਿਕਟ ਪਹਿਲਾਂ 55 ਰੁਪਏ ਦੀ ਸੀ ਹੁਣ ਜਿਹੜੀ ਹੈ ਵਧਾ ਕੇ 60 ਰੁਪਏ ਦੀ ਕਰ ਦਿੱਤੀ ਹੈ ਅਤੇ ਰਿਟਰਨ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ 80 ਰੁਪਏ ਸੀ ਹੁਣ ਵਧਾ ਕੇ 90 ਰੁਪਏ ਤੱਕ ਪਹੁੰਚਾ ਦਿੱਤੀ ਗਈ ਹੈ ਅਤੇ ਮੰਥਲੀ ਪਾਸ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਪਹਿਲਾਂ ਸੀਗੀ 1815 ਰੁਪਏ ਅਤੇ ਹੁਣ ਜਿਹੜੀ ਵੱਧ ਕੇ 2000 ਰੁਪਏ ਤੱਕ ਪਹੁੰਚ ਗਈ ਹੈ ਇਸੇ ਦੇ ਨਾਲ ਜੇ ਆਪਾਂ ਬੱਸ ਟਰੱਕ ਜਾਂ ਫਿਰ 2XL ਵਹੀਕਲਸ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਸਿੰਗਲ ਪਾਸੇ ਦੀ ਜਿਹੜੀ ਟਿਕਟ ਸੀ ਉਹ 115 ਰੁਪਏ ਸੀ ਜਿਹੜੀ ਹੁਣ ਵਧਾ ਕੇ 125 ਰੁਪਏ ਕਰ ਦਿੱਤੀ ਗਈ ਹੈ
ਰਿਟਰਨ ਦੀ ਟਿਕਟ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪਹਿਲਾਂ 170 ਰੁਪਏ ਸੀ ਜਿਹੜੀ ਵਧਾ ਕੇ ਹੁਣ 190 ਰੁਪਏ ਕਰ ਦਿੱਤੀ ਗਈ ਹੈ। ਅਤੇ ਮੰਥਲੀ ਪਾਸ ਦੇ ਬਾਰੇ ਜੇ ਆਪਾਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ, ਪਹਿਲਾਂ ਸੀਗੀ 3,800 ਰੁਪਏ ਜਿਹੜੀ ਹੁਣ 4,185 ਰੁਪਏ ਕਰ ਦਿੱਤੀ ਹੈ। ਅਤੇ ਇਸੇ ਦੇ ਨਾਲ ਹੀ 3XL ਜਿਹੜੇ ਭਾਰੀ ਵਹੀਕਲਸ ਹੁੰਦੇ ਨੇ, ਭਾਰੀ ਵਾਹਨ ਹੁੰਦੇ ਨੇ, ਉਹਨਾਂ ਦੀ ਜਿਹੜੀ ਪਹਿਲਾਂ ਟਿਕਟ ਸੀਗੀ ਸਿੰਗਲ ਸੀਗੀ ਉਹ 125 ਰੁਪਏ ਸੀ ਜਿਹੜੀ ਹੁਣ 135 ਰੁਪਏ ਕਰ ਦਿੱਤੀ ਹੈ। ਰਿਟਰਨ ਵਾਲੀ ਜਿਹੜੀ ਸੀ ਉਹ ਪਹਿਲਾਂ 185 ਰੁਪਏ ਸੀ ਜਿਹੜੀ ਹੁਣ 205 ਰੁਪਏ ਕਰ ਦਿੱਤੀ ਹੈ। ਅਤੇ ਮੰਥਲੀ ਪਾਸ ਜਿਹੜਾ ਸੀ ਪਹਿਲਾਂ 4,145 ਰੁਪਏ ਸੀ ਜਿਹੜਾ ਹੁਣ 4,565 ਰੁਪਏ ਕਰ ਦਿੱਤਾ ਗਿਆ। 1 ਅਪ੍ਰੈਲ ਤੋਂ ਜਿਹੜੇ ਅਮਾਊਂਟ ਨੇ ਵੱਧ ਗਏ ਨੇ, ਅਤੇ ਹੁਣ ਇਹਨਾਂ ਬਾਰੇ ਤੁਹਾਡੀ ਕੀ ਰਾਏ ਹੈ ਸਾਡੇ ਨਾਲ ਕਮੈਂਟ ਸੈਕਸ਼ਨ ਵਿੱਚ ਜਾ ਕੇ ਜ਼ਰੂਰ ਸ਼ੇਅਰ ਕਰੋ। ਅਤੇ ਇੱਦਾਂ ਦੀ ਹੋਰ ਵੀ ਖਬਰਾਂ ਲਈ ਦੇਖਦੇ ਰਹੋ ਦ ਸਿਟੀ ਹੈੱਡਲਾਈਨਸ।